ਤੈਨੂੰ ਅੱਜ ਵੀ ਕਹਿ ਰਿਹਾ ਪ੍ਰਤਾਪ ਬਾਜਬਾ ਘੋੜਿਆਂ ਮੈਂ ਤੈਨੂੰ ਅੱਜ ਵੀ ਕਹਿ ਰਿਹਾ ਕਿ ਤੂੰ ਇੱਕ ਰੇਸ ਵਾਲਾ ਘੋੜਾ ਤੇ ਰੇਸ ਵਾਲੇ ਘੋੜਿਆਂ ਨੇ ਪੰਜਾਬ ਦਾ ਬੇੜਾਗਰ ਕਰਕੇ ਰੱਖਿਆ ਸੀ ਸੁਖਬੀਰ ਬਾਦਲ ਸਿਆ ਤੇਰੇ ਬਿਆਨ ਸੁਣ ਕੇ ਘਟਿਆ ਮੈਂ ਜਿਸ ਬਿਆਨਾਂ ਵਿੱਚ ਇਹ ਕਹਿ ਰਿਹਾ ਕਿ ਸ਼ਰਮ ਆਉਂਦੀ ਆ ਪੰਜਾਬ ਦਾ ਮੁੱਖ ਮੰਤਰੀ ਕਹਿੰਦੇ ਨੂੰ ਕਿ ਜਿਹੜਾ ਭਗਵਾਨਤਮਾਨ ਇਸ ਟਾਈਮ ਪੰਜਾਬ ਦਾ ਮੁੱਖ ਮੰਤਰੀ ਆ ਤੇ ਮੈਂ ਸੁਖਬੀਰ ਸਾਹਿਬ ਇੰਨੀ ਇੱਕ ਗੱਲ ਕਹੂੰਗਾ ਕਿ ਤੁਹਾਡਾ ਇਕੱਠ ਹੋਇਆ ਸੀ ਜਿਹੜਾ ਸਾਰੇ ਲੀਡਰਾਂ ਦਾ ਅੱਜ ਇਹ ਗੱਲ ਕਹਿ ਰਹੇ ਆ ਤੁਸੀਂ ਸ਼ਰਮ ਆਉਂਦੀ ਆ ਕੀ ਗੱਲ ਸ਼ਰਮ ਉਦੋਂ ਨਹੀਂ ਆਈ ਜਦੋਂ 2017 ਦੇ ਵਿੱਚ ਤੇਰੀ ਸਰਕਾਰ ਨਹੀਂ ਬਣੀ ਕੀ ਗੱਲ ਇਹ ਸ਼ਰਮ 2022 ਦੇ ਰਿਜ਼ਲਟ ਮੇਰੇ ਨਹੀਂ ਆਈ ਮੈਂ ਇਹ ਵੀ ਕਹਿ ਰਿਹਾ ਕਿ ਜਿਹੜੀ ਸ਼ਰਮ ਆ ਉਹ ਪੰਜਾਬ ਦੇ ਲੋਕਾਂ ਨੂੰ ਆਉਂਦੀ ਆ ਕਿ ਅੱਜ ਦੇਸ਼ ਨੂੰ ਆਜ਼ਾਦ ਹੋਇਆ ਲਗਭਗ 75 ਸਾਲ ਹੋ ਚੁੱਕੇ ਆ ਅੱਜ ਵੀ ਲੋਕ ਸਿਹਤ ਸਿੱਖਿਆ ਰੁਜ਼ਗਾਰ ਤੋਂ ਰੋਂਦੇ ਫਿਰਦੇ ਆ ਸੁਖਬੀਰ ਸਾਹਿਬ ਤੁਹਾਡੀ 10 ਸਾਲ ਸਰਕਾਰ ਰਹੀ ਹੋਵੇ ਤੇ ਜਿਹੜੇ ਲੋਕ ਅੱਜ ਵੀ ਭੜਕਦੇ ਫਿਰਦੇ ਹੁਣ ਤੇ ਅੱਜ ਵੀ ਲੋਕ ਕਹਿੰਦੇ ਹੁਣ ਲੋਕਾਂ ਦੇ ਅੱਜ ਵੀ ਧਰਨੇ ਲੱਗਦੇ ਫਿਰਦੇ ਆ ਜੇਕਰ ਤੇਰੀ ਸਰਕਾਰ ਚੰਗੀ ਸੀ ਸੁਖਬੀਰ ਸਾਹਿਬ ਤਾਂ ਫਿਰ ਸੁਖਬੀਰ ਸਿੰਘ ਲੋਕਾਂ ਨੇ ਤੈਨੂੰ ਕਿਉਂ ਨਹੀਂ ਬਣਾਇਆ ਮੁੱਖ ਮੰਤਰੀ ਕਿਹੜੀ ਗੱਲੋਂ ਤੇਰੀ ਸਰਕਾਰ ਨੂੰ ਦੋ ਹਾਰੀ ਹਰਾ ਦਿੱਤਾ ਬਸ ਇੰਨਾ ਮੈਂ ਗੱਲ ਇਹ ਕਹਿ ਰਿਹਾ ਕਿ ਤੁਹਾਡੀਆਂ ਇਹ ਜਿਹੜੀਆਂ ਰਾਜਨੀਤੀਆਂ ਪੰਜਾਬ ਨੂੰ ਲੈ ਕੇ ਡੋਭੀਆਂ ਇਹ ਝਾੜੂ ਵਾਲੇ ਤਾਂ ਜਾਏ ਪਹਿਲਾਂ ਕਾਂਗਰਸ ਦੇ ਨਾਲ ਤੁਹਾਡਾ ਜਿਹੜਾ ਕੱਲ ਉਹਨਾ ਮੁਕਾਬਲਾ ਹੁੰਦਾ ਸੀ ਕਾਂਗਰਸ ਦੇ ਬਿਆਨ ਤੁਸੀਂ ਦਿੰਦੇ ਹੁੰਦੇ ਸੀ ਕਿ ਕਾਂਗਰਸ ਮਾੜੀ ਬਹੁਤਾ ਜਿੱਦ ਦਾ ਕੈਪਟਨ ਆਇਆ ਸਭ ਇਹਨਾਂ ਨੇ ਖੁੰਝ ਲੈ ਕੇ ਰੱਖ ਦਿੱਤਾ ਪੰਜਾਬ ਨੂੰ ਐ ਕਰਕੇ ਰੱਖ ਦਿੱਤਾ ਪਰ ਅੱਜ ਅੱਜ ਇਹ ਝਾੜੂ ਵਾਲ ਆ ਗਿਆ ਅਰ ਝਾੜੂ ਵਾਲਿਆਂ ਨੂੰ ਕਹਿਣ ਲੱਗ ਗਿਆ ਤੁਹਾਡੇ ਬਿਆਨ ਬਾਜ਼ੀਆਂ ਨੇ ਪੰਜਾਬ ਦੀ ਜਵਾਨੀ ਪੰਜਾਬ ਦੀ ਕਿਸਾਨੀ ਪੰਜਾਬ ਦੀਆਂ ਧੀਆਂ ਪੈਣਾ ਤੇ ਪੰਜਾਬ ਦਾ ਬੜੇਪਾ ਰੋਲ ਕੇ ਰੱਖਿਆ ਓ ਪੰਜਾਬ ਦੇ ਲੋਕ ਰੋਂਦੇ ਰਹਿ ਗਏ بڑے ਪਾਤਾਂ ਕਰਕੇ ਰੋਂਦਾ ਰਿਆ ਉਹਨਾਂ ਦੇ ਪੁੱਤ ਕੱਲੇ ਕੱਲੇ ਜਿਹੜੇ ਇੱਕੋ 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 ਇੱਕ ਪੁੱਤ ਸੀ ਉਹ ਨਸ਼ਿਆਂ ਦੇ ਵਿੱਚ ਬਰਬਾਦ ਹੋਏ ਬੜੇ ਪਾਤਾਂ ਰੁਲਿਆ ਉਹਨਾਂ ਦੇ ਕੱਲੇ ਕੱਲੇ ਪੁੱਤ ਸੱਤ ਸਮੁੰਦਰੋਂ ਪਾਰ ਓਏ ਔਰ ਧੀਆਂ ਪੈਣਾ ਤਾਂ ਰੁਲੀਆਂ ਉਹਨਾਂ ਦੇ ਕੱਲੇ ਕੱਲੇ ਭਰਾਵਾਂ ਦੇ ਜਿਨ੍ਹਾਂ ਨੇ ਗੁੱਟ ਤੇ ਰਖਣੀਆਂ ਬੰਨਣੀਆਂ ਸੀ ਕੁਝ ਤਾਂ ਸੱਤ ਸਮੁੰਦਰੋਂ ਪਾਰ ਹੋ ਗਏ ਕੁਝ ਨਸ਼ੇ 'ਚ ਬਰਬਾਦ ਹੋ ਗਏ ਮੈਂ ਇੱਕ ਗੱਲ ਕਹਿਣ ਲੱਗਿਆ ਕਿ ਤੁਸੀਂ ਅੱਜ ਇੱਕ ਦੂਜੇ ਦੇ ਨਾਲ ਬੈਠੇ ਹੱਸੀ ਜਾਂਦੇ ਹੋ ਉੱਥੇ ਸਟੇਜਾਂ ਤੇ ਕਿ ਬਾਜਬਾ ਸਾਹਿਬ ਮੈਂ ਬਾਜਬਾ ਸਾਹਿਬ ਦੇ ਬਿਆਨ ਸੁਣ ਕੇ ਟਿਆ ਉਹ ਕਹਿ ਰਿਹਾ ਸੀ ਕਿ ਇਹ ਜਦੋਂ ਇਹਨਾਂ ਨੇ ਸਾਡੇ ਅੱਗੇ ਇਹੋ ਜਿਹਾ ਮਟੀਰੀਅਲ ਲਿਆ ਕੇ ਰੱਖ ਦਿੱਤਾ ਕਿ ਇੱਕੋ ਮੈਂ ਕਿਸੇ ਨੂੰ ਪੁੱਛਿਆ ਯਾਰ ਇਹ ਕੌਣ ਆ ਉਹ ਕਹਿੰਦੇ ਹਲੇ ਉਹਨਾਂ ਨੂੰ ਨਹੀਂ ਪਤਾ ਵੀ ਇਹ ਕੌਣ ਆ ਤੇ ਉਹ ਕੌਣ ਆ ਇੱਕ ਅੱਖ ਇਹਨਾਂ ਨੇ ਉਹ ਲਿਆਂਦਾ ਛੋਟੇ ਛੋਟੇ ਮੋਬਾਈਲਾਂ ਦਾ ਚਾਰਜਰ ਆ ਇੱਕ ਇਹਨਾਂ ਨੇ ਉਹ ਐਮਐਲਏ ਬਣਾਤੇ ਇਹਨਾਂ ਨੇ ਤਾਂ ਐਮਐਲਏ ਬਣਾ ਪਤਾ ਨਹੀਂ ਕਿਹੜੇ ਦਿੱਤੇ ਮੈਂ ਬਾਜਵਾ ਸਾਹਿਬ ਤੁਹਾਨੂੰ ਇਹ ਕਹਿ ਦੇਵਾਂ ਕਿ ਆਪਦੀ ਲੈਂਗੁਏਜ ਚੰਗੀ ਕਰ ਲੋ ਜਿਹੜਾ ਮੋਬਾਈਲਾ ਵਾਲਾ ਮੈਨੂੰ ਤੁਸੀਂ ਇਹ ਵੀ ਦੱਸ ਦੋ ਵੀ ਉਹ ਕਿਹੜੀ ਕਸਟ ਦਾ ਅੱਗੇ ਤੁਸੀਂ ਚਰਨਜੀਤ ਸਿੰਘ ਚੰਨੀ ਨੂੰ ਢੂ ਟੱਟੂ ਦੱਸਿਆ ਸੀਗਾ ਵੀ ਦੇਸੀ ਟੱਟੂ ਆ ਇਹ ਤਾਂ ਮੈਂ ਤੈਨੂੰ ਅੱਜ ਵੀ ਕਹਿ ਰਿਹਾ ਪ੍ਰਤਾਪ ਬਾਜਵਾ ਘੋੜਿਆ ਮੈਂ ਤੈਨੂੰ ਅੱਜ ਵੀ ਕਹਿ ਰਿਹਾ ਕਿ ਤੂੰ ਇੱਕ ਰੇਸ ਵਾਲਾ ਘੋੜਾ ਤੇ ਰੇਸ ਵਾਲੇ ਘੋੜਿਆਂ ਨੇ ਪੰਜਾਬ ਦਾ ਬੇੜਾਗਰ ਕਰਕੇ ਰੱਖਿਆ ਸੀ ਤਿੰਨ ਮਹੀਨੇ ਹਸਤੇ ਚਰਨਜੀਤ ਸਿੰਘ ਚੰਨੀ ਆ ਕੇ ਬੈਠਾ ਸੀ ਤੇ ਤੂੰ মিডিਆ ਦੇ ਵਿੱਚ ਕਿਹਾ ਸੀ ਕਿ ਜਦੋਂ ਜਦੋਂ ਬੰਦੇ ਦੇ ਕੋਲ 4 ਡਿਗਰੀ ਹੌਰਸ ਹੋ ਮਤਲਬ ਘੋੜੇ ਹੋਣ ਤੇ ਜਦੋਂ ਫਿਰ ਕੋਈ ਦੇਸੀ ਟੱਟੂ ਭਜਾਵਾਂਗੇ ਫਿਰ ਉਹ ਹਾਲ ਹੋਗਾ ਜੋ ہماری ਕਾਂਗਰਸ ਦਾ ਹੋਇਆ ਹੈ ਤੇ ਤੇਰੀ ਜਿਹੜੀ ਬੋਲੀ ਆ ਬਾਜਵਾ ਮੈਂ ਜੀ ਮੇਰਾ ਜੀਤਾ ਕਰਦਾ ਤੈਨੂੰ ਸਭ ਕਹਾਂ ਪਰ ਬਾਜਵਾ ਸਾਹਿਬ ਤੁਹਾਡੀ ਜਿਹੜੀ ਬੋਲੀ ਆ ਤੁਸੀਂ ਬੋਲੀ ਸੁਧਾਰੋ ਸਾਡੇ ਸਾਹਮਣੇ ਜਿਹੜਾ ਮਟੀਰੀਅਲ ਭਾਇਆ ਹੋਇਆ ਤੇਰੇ ਗਲਸਨ ਘੋੜਿਆ ਤੇਰੇ ਮਟੀਲੀਅਰ ਨੇ ਕੀ ਕੀਤਾ 5 ਸਾਲ ਸਰਕਾਰ ਰਹੀ ਤੂੰ ਅੱਜ ਐਮਐਲਏ ਬਣਿਆ ਬੈਠਾ ਤੁਹਾਡੇ ਨਾਲ ਇੱਕ ਲੰਮਾ ਭਾਇਆ ਬਿੱਲੀ ਕੀ ਨਾ ਰਾਜਾ ਵੜਿੰਗ ਗੱਜ ਗੱਜ ਕੇ ਜਿਵੇਂ ਬਿਜਲੀ ਨਹੀਂ ਗੜਕਦੀ ਹੁੰਦੀ ਐ ਗੜਕਦਾ ਤੇ ਬਸ ਬਿਜਲੀ ਗੜਕ ਜਾਂਦੀ ਆ ਕੀਤੇ ਨੇ ਵੀ ਕੋ ਕੱਖ ਨਹੀਂ ਤਾਂ ਮੈਨੂੰ ਦੱਸੋ ਤੁਸੀਂ ਅੰਗਰੇਜ਼ੀ ਘੋੜੇ ਤੁਸੀਂ ਕੀ ਕਰਤਾ ਅੱਜ ਸੁਖਵੀਰ ਬਾਦਲ ਰੌਲਾ ਜੇ ਪਾ ਰਿਹਾ ਕਿ ਮੇਰੇ ਮੈਨੂੰ ਸਜਣ ਦਾ ਫੋਨ ਆਇਆ ਉਹ ਮੈਨੂੰ ਦੱਸਦਾ ਕਿ ਉਹਨੂੰ ਜਹਾਜ਼ ਤੋਂ ਥੱਲੇ ਲਾ ਦਿੱਤਾ ਇਹ ਮੁੱਦਾ ਯਾਰ ਕੀ ਦੇਤੇ ਨਾ ਚੀਜ਼ਾਂ ਨੇ ਉਹ ਪੰਜਾਬ ਦੇ ਲੋਕਾਂ ਨੂੰ ਕਦੇ ਪੁੱਛਿਆ ਚਾਹੀਦਾ ਕੀ ਆ ਥੋੜੇ ਜਿਹੜੇ ਮਾਪੇ ਦੇ ਇਲਾਜ ਹੁੰਦੇ ਆ ਤੁਹਾਡੇ ਪਰਿਵਾਰਾਂ ਦੇ ਇਲਾਜ ਹੁੰਦੇ ਆ ਕਰੋੜਾਂ ਰੁਪਈਆ ਚ ਇਲਾਜ ਹੋ ਜਾਂਦੇ ਆ ਪਤਾ ਨਹੀਂ ਤੁਹਾਡੇ ਕੋਲ ਕਰੋੜਾ ਕਿੱਥੋਂ ਆ ਜਾਂਦੇ ਆ ਜਿਹੜੇ ਇੱਥੇ ਲੋਕ ਉਹਨਾਂ ਨੂੰ 25 ਫੜ ਤੱਕ ਦੀ ਦਵਾਈ ਨਹੀਂ ਮਿਲਦੀ ਕਿਉਂਕਿ ਉਹਨਾਂ ਕੋਲ ਪੈਸਾ ਨਹੀਂ ਹੁੰਦਾ ਉਹ ਮੈਨੂੰ ਦੱਸੋ ਪੰਜਾਬ ਦੇ ਲੋਕ ਅੱਜ ਇਹ ਤਿੰਨੇ ਚਾਰੇ ਜਿਹੜੇ ਸਟੇਜਾਂ ਤੇ ਬਹਿ ਕੇ ਖਿੜਖਿੜ ਕਰਕੇ ਹੱਸੀ ਜਾਂਦੇ ਆ ਉਹਦੇ ਨਾਲ ਦਾ ਹਾਸਾ ਕਿੱਥੇ ਗਿਆ ਸੀ ਉਹ ਤੁਸੀਂ ਇੱਕ ਦੂਜੇ ਦੇ ਖਿਲਾਫ ਇਲੈਕਸ਼ਨ ਲੜਦੇ ਆ ਕਰੋੜਾਂ ਰੁਪਈਆ ਬਰਬਾਦ ਕਰ ਦਿੰਨੇ ਆ ਜੇਕਰ ਕਾਂਗਰਸ ਨੇ ਅਕਾਲੀਆਂ ਨੇ ਬੀਜੇਪੀ ਨੇ ਦੋ ਅੱਜ ਤੋਂ 25 ਸਾਲ ਪਹਿਲਾਂ ਗਠਜੋੜ ਬੰਧਨ ਕੀਤਾ ਹੁੰਦਾ ਤੁਸੀਂ ਇੱਕ ਹੁੰਦੇ ਕਰੋੜਾਂ ਰੁਪਈਆ ਇਲੈਕਸ਼ਨਾਂ ਤੇ ਲੱਗ ਜਾਂਦਾ ਜੇਕਰ ਉਹੀ ਕਰੋੜਾਂ ਰੁਪਈਆ ਤੁਸੀਂ ਪੰਜਾਬ ਦੇ ਲੋਕਾਂ ਤੇ ਲਾਇਆ ਹੁੰਦਾ ਅੱਜ ਉਹ ਲੋਕ ਰੋਲਦੇ ਨਹੀਂ ਰਹੇ ਸੀ ਕਦੇ ਹਸਪੀਟਲਾਂ 'ਚ ਗੇੜੇ ਮਾਰਿਆ ਕਰੋ ਸਟੇਜਾਂ 'ਤੇ ਬਹਿ ਕੇ ਹੱਸਣ ਵਾਲਿਓ ਕਦੇ ਸਕੂਲਾਂ 'ਚ ਗੇੜਾ ਮਾਰਿਆ ਕਰੋ ਓਏ ਕਦੇ ਉਹਨਾਂ ਬੇਰੁਜ਼ਗਾਰਾਂ ਦੇ ਘਰੇ ਗੇੜਾ ਮਾਰਿਆ ਕਰੋ ਖੜਖੜ ਕਰਕੇ ਹੱਸਣ ਵਾਲਿਓ ਤੁਸੀਂ ਬਿਆਨਬਾਜ਼ੀਆਂ ਦੇ ਦੇ ਕੇ ਤੁਸੀਂ ਪੱਲੇ ਕੱਖ ਨਹੀਂ ਛੱਡਿਆ ਮੈਂ ਝਾੜੂ ਨੂੰ ਚੰਗਾ ਨਹੀਂ ਕਹਿ ਰਿਹਾ ਉਹ ਵੀ ਤੁਹਾਡੇ ਨਾਲ ਦਾ ਸੱਪ ਸੱਪ ਹੁੰਦਾ ਚਾਹੇ ਨੀਲਾ ਹੋਵੇ ਚਾਹੇ ਪੀਲਾ ਹੋਵੇ ਚਾਹੇ ਉਹ ਹਰਾ ਹੋਵੇ ਜ਼ਹਿਰ ਸਾਰਿਆਂ 'ਚ ਹੁੰਦਾ ਕੰਬ ਸਾਰਿਆਂ ਦਾ ਐਡਾ ਬਣ ਜਾਂਦਾ ਬਸ ਐਸ ਟਾਈਮ ਥੋਨੂੰ ਲੋਕਾਂ ਨੇ ਕੀਲ ਕੇ ਪਟਾਰੀ ਦੇ ਵਿੱਚ ਪਾ ਕੇ ਰੱਖਤਾ ਤੇ ਐਸ ਟਾਈਮ ਉਹ ਸੱਪ ਖੇਡਦੇ ਫਿਰਦੇ ਆ ਫਰਕ ਇੰਨਾ ਕਾ ਜਦੋਂ ਸੁਖਬੀਰ ਬਾਦਲ ਖੇਡਦਾ ਫਿਰਦਾ ਹੁੰਦਾ ਸੀ ਉਦੋਂ ਕੀ ਹੁੰਦਾ ਸੀ ਕਿ ਉਦੋਂ ਵੀ ਸਾਰ ਮੇਰੀ ਗੱਲ ਦਾ ਗੁੱਸਾ ਨਾ ਕਰੋ ਜੋ ਉਦਾਹਰਣ ਦੇ ਰਿਹਾ ਤੁਹਾਨੂੰ ਉਦੋਂ ਇਹਨਾਂ ਨੇ ਚੱਲਣਾ ਆਇਆ ਕਰਕੇ ਰੇਤਾ ਥੋਡੇ ਵੇਲੇ ਵੀ ਸਾਨੂੰ ਉਹੀ ਮਿਲਦਾ ਸੀ ਸ਼ਰਾਬ ਦੇ ਵਿੱਚੋਂ ਬਸ ਇੰਨਾ ਕ ਚੱਕਰਾ ਉਦੋਂ ਐਮ ਆਰ ਪੀ ਹੁੰਦਾ ਸੀ 230 ਰੁਪਏ ਤੇ ਬੋਤਲ ਮਿਲ ਜਾਂਦੀ ਸੀ 290 ਰੁਪਈਆ ਦੀ ਅੱਜ 154 ਰੁਪਈਆ ਐਮ ਆਰ ਪੀਆ ਲੋਕਾਂ ਨੂੰ ਬੋਤਲ ਮਿਲਦੀ ਆ 250 ਰੁਪਈਆ ਦੀ ਅੱਜ 100 ਰੁਪਈਆ ਦਾ ਘਪਲਾ ਹੋ ਰਿਹਾ ਜੇ ਗੱਲ ਕਰਾਂ ਤੁਸੀਂ ਪੰਜਾਬ ਦੇ ਲੋਕਾਂ ਵਾਸਤੇ ਨਹੀਂ ਬਣੇ ਤੁਸੀਂ ਬਣਿਆ ਕੁਰਸੀਆਂ ਵਾਸਤੇ ਤੁਸੀਂ ਬਣਿਆ ਆਪਦੇ ਘਰਾਂ ਵਾਸਤੇ ਤੁਸੀਂ ਆਪਦੇ ਢਿੱਡਾਂ ਉਤੋਂ ਦੀ ਹੱਥ ਫੇਰਨ ਵਾਲੇ ਲੋਕੋ ਸਟੇਜਾਂ ਤੇ ਬਹਿ ਕੇ ਖੜਖੜ ਕਰਕੇ ਹੱਸਣ ਵਾਲੇ ਲੋਕੋ ਤੁਸੀਂ ਪੰਜਾਬ ਦਾ ਕੱਖ ਨਹੀਂ ਸਵਾਰਿਆ ਮਨੂ ਸੁਖਵੀਰ ਬਾਦਲ ਸਿਰਫ ਚਾਰ ਗੱਲਾਂ ਦਾ ਜਵਾਬ ਦੇ ਦਵੇ ਸੁਖਵੀਰ ਬਾਦਲ ਸਿਆ ਅੱਜ ਤੈਨੂੰ ਬੜੀ ਸ਼ਰਮ ਆ ਰਹੀ ਆ ਜਦੋਂ ਅੱਜ ਭਗਵਾਨ ਤਮਨ ਨੂੰ ਮੁੱਖ ਮੰਤਰੀ ਕਹਿੰਨੇ ਆ ਕੀ ਗੱਲ ਓਦੇ ਸ਼ਰਮ ਕਿਉਂ ਨਹੀਂ ਆਈ ਜਿਸ ਦਿਨ ਤੇਰੀ ਸਰਕਾਰ ਦੇ ਵਿੱਚ ਨਸ਼ਿਆਂ ਦੇ ਨਾਲ ਜਵਾਨੀਆਂ ਬਰਬਾਦ ਹੋਈਆਂ ਭਾਵੇਂ ਧਾਰੀ ਤੁਹਾਡੀ ਸਰਕਾਰ ਦੇ ਵਿੱਚ ਨਸ਼ਾ ਵੇਖਦਾ ਤਾਂ ਰਿਆ ਕਾਂਗਰਸ ਵੇਲੇ ਵੀ ਨਸ਼ਾ ਵੇਖਦਾ ਤਾਂ ਰਿਆ ਅੱਜ ਝਾੜੂ ਵਾਲਿਆਂ ਦੀ ਸਰਕਾਰ ਨਸ਼ਾ ਵੇਖਦਾ ਰਿਆ ਲੋਕ ਪੀ ਤਾ ਰਹੇ ਆ ਤੁਹਾਨੂੰ ਇੱਥੇ ਸ਼ਰਮਾ ਕਿਉਂ ਨਹੀਂ ਹੁੰਦੀਆਂ ਤੁਸੀਂ ਇੱਕ ਉਹਨੂੰ ਮੁੱਖ ਮੰਤਰੀ ਕਹਿਣ ਲੱਗਿਆ ਸ਼ਰਮ ਕਰਦੇ ਆ ਜਦੋਂ ਦੂਜੀਆਂ ਸਟੇਟਾਂ ਵਾਲੇ ਇੱਥੇ ਆ ਕੇ ਨੌਕਰੀਆਂ ਲੈਂਦੇ ਆ ਤੇ ਇੱਥੋਂ ਵਾਲੇ ਯੱਦ ਦੇ ਰਹਿੰਦੇ ਆ ਇੱਥੋਂ ਦੇ ਨੌਜਵਾਨ ਸੱਤ ਸਮੁੰਦਰੋਂ ਪਾਰ ਜਾਂਦੇ ਆ ਉਹਦੇ ਤੁਸੀਂ ਕਿਹੜਾ ਘੁੰਡ ਕੱਢਿਆ ਹੁੰਦਾ ਕਿਹੜੀ ਤੁਹਾਡੇ ਐਨਕ ਲੱਗੀ ਹੁੰਦੀ ਆ ਵੀ ਉਹਦੇ ਤੁਹਾਨੂੰ ਸ਼ਰਮਾ ਨਹੀਂ ਹੁੰਦੀਆਂ ਓਏ ਦਰਸਲ ਗਲਤ ਆਏ ਆ ਕਿ ਤੁਸੀਂ ਸਾਰੇ ਲੀਡਰਾਂ ਨੇ ਸ਼ਰਮਾਂ ਲਾ ਕੇ ਰੱਖ ਦਿੱਤੀਆਂ ਮੇਰੀ ਬੇਬੇ ਕਹਿੰਦੀ ਹੁੰਦੀ ਆ ਕਿ ਜਿੱਦੀ ਲੈ ਗਈ ਲੋਈ ਕੀ ਕਰੂਗਾ ਕੋਈ ਥੋਡੀਆਂ ਲੋਈਆਂ ਲੱਥੀਆਂ ਪਿੰਨਾ ਜੇਕਰ ਤੁਹਾਡੇ ਸ਼ਰਮਾਂ ਵਾਲੀਆਂ ਲੋਈਆਂ ਹੁੰਦੀਆਂ ਓਏ ਅੱਜ ਤੁਸੀਂ ਇੱਕਾ ਕਰਦੇ ਫਿਰਦੇ ਆ ਕਿਸ ਗੱਲ ਦੇ ਇੱਕ ਅੱਜ ਨਵਜੋਤ ਸਿੰਘ ਸਿੱਧੂ ਤੇ ਮਜੀਠੀਏ ਦੀ ਜੱਫੀ ਪੈ ਗਈ ਅੱਖੇ ਪਾ ਜੱਫੀਆਂ ਦਿਲਦਾਰ ਵੇ ਘੁੱਟ ਘੁੱਟ ਪਾ ਜੱਫੀਆਂ ਨਸੀਬੋ ਦਾ ਗਾਣਾ ਯਾਦ ਆ ਗਿਆ ਮੈਨੂੰ ਅੱਜ ਜੇ ਤੁਹਾਨੂੰ ਇੱਕ ਦੂਜੇ ਤੇ ਪਿਆਰ ਆ ਰਿਹਾ ਜਿਹੜਾ ਵਿਕਰਮਜੀਤ ਮਜੀਠੀਏ ਨੇ ਤੇ ਨਵਜੋਤ ਸਿੰਘ ਸਿੱਧੂ ਨੇ ਇਲੈਕਸ਼ਨ ਵੇਲੇ ਇੱਕ ਦੂਜੇ ਤੇ ਜ਼ੋਰ ਲਾਇਆ ਚਾਹੇ ਉਹ ਕਾਸੇ ਦਾ ਲਾਇਆ ਹੋਵੇ ਚਾਹੇ ਉਹ ਧਨ ਦਾ ਜ਼ੋਰ ਲਾਇਆ ਹੋਵੇ ਚਾਹੇ ਕਿਸੇ ਚੀਜ਼ ਦਾ ਜ਼ੋਰ ਲਾਇਆ ਜੇਕਰ ਉਹੀ ਜ਼ੋਰ ਲਾਉਣ ਦੀ ਬਜਾਏ ਤੁਸੀਂ ਜ਼ੋਰ ਲਾ ਦਿੰਦੇ ਹਲਕੇ ਤੇ ਉਹ ਅੱਜ ਵੀ ਲੋਕ ਰੋਂਦੇ ਫਿਰਦੇ ਆ ਥੋੜੇ ਵਿੱਚੋਂ ਕਈ ਤਿੰਨ ਤਿੰਨ ਆਰੀ ਐਮਐਲਏ ਬਣੇ ਹੋਏ ਆ ਤੇ ਆ ਰਾਜਾ ਵੜਿੰਗ ਦੀ ਗੱਲ ਕਰ ਰਿਹਾ ਮੈਂ ਇਹ ਪਤਾ ਨਹੀਂ ਕਿਹੜੀਆਂ ਗੱਲਾਂ ਕਰ ਰਹੇ ਆ ਇਹਦੇ ਹਲਕੇ ਵਿੱਚ ਦੀ ਨੰਗਿਆ ਮੈਂ ਉੱਥੇ ਕੀ ਹੋਇਆ ਸੜਕ ਬੜੀ ਬੇਕਾਰ ਆ ਮੁਖਸਰ ਤੋਂ ਮਲੋਟ ਵਾਲੀ ਜਿਹੜੀ ਆਉਂਦੀ ਆ ਉਹਦੇ ਵਿੱਚ ਗਿੱਦੜਵਾ ਹਲਕਾ ਵੀ ਆ ਜਾਂਦਾ ਮਲੋਟ ਹਲਕਾ ਵੀ ਆ ਜਾਂਦਾ ਤੇ ਮੁਖਸਰ ਹਲਕਾ ਵੀ ਆ ਜਾਂਦਾ ਮੁਖਸਰ ਦਾ ਜਿਹੜਾ ਕਹ ਲੋ ਇਹਨਾਂ ਦਾ ਕਾਲਿਆਂ ਦਾ ਐਮਐਲਏ ਵੀ ਰਹਿ ਚੁੱਕਿਆ ਅੱਜ ਬੀਬਾ ਬਲਜੀਤ ਕੌਰਾ ਝਾੜੂ ਵਾਲਿਆਂ ਦੀ ਉਹ ਤੁਸੀਂ ਨੰਗਣਾ ਫੋਰਚੂਨਰਾਂ ਤੇ ਤੁਸੀਂ ਨੰਗਣਾ ਨੋਵਾ ਤੇ ਤੁਹਾਨੂੰ ਤਾਂ ਖਲੀਆਂ ਦਾ ਪਤਾ ਨਹੀਂ ਲੱਗਦਾ ਲੋਕ ਜਦੋਂ ਸਾਈਕਲਾਂ ਤੇ ਜਾਂਦੇ ਵੀ ਡਿੱਗ ਜਾਂਦੇ ਆ ਸ਼ਰਮ ਤੁਹਾਨੂੰ ਉੱਥੇ ਤਾਂ ਆਉਂਦੀ ਨਹੀਂ ਤੁਹਾਨੂੰ ਭਗਵੰਤ ਮਾਨ ਨੂੰ ਮੁੱਖ ਮੰਤਰੀ ਕਹਿਣ ਲੱਗਿਆ ਬੜੀ ਸ਼ਰਮ ਆਉਂਦੀ ਆ ਛਾਵਾਂ ਸ਼ੇ ਸੁਖਬੀਰ ਬਾਦਲ ਸਾਹਿਬ ਅੱਜ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਇਹ ਤਿੰਨੇ ਇਕੱਠੇ ਬੈਠੇ ਆ ਜਿਹੜਾ ਝਾੜੂ ਵਾਲੇ ਉਹ ਕਹੀ ਜਾਂਦੇ ਵੇਖਿਆ ਮਾਸਟਰ ਦੇ ਮੁੰਡੇ ਇਕੱਠੇ ਕਰਕੇ ਬਾਤੇ ਉਹ ਛਾਡੂ ਉਹ ਭਰਾਵਾ ਅੱਜ ਤੋਂ ਕੁਝ ਕੁ ਮਹੀਨੇ ਪਹਿਲਾਂ ਦੀ ਗੱਲ ਆ ਬਾਜਬਾ ਤੇ ਮੁੱਖ ਮੰਤਰੀ ਇਕੱਠੇ ਬੈਠੇ ਸੀ ਕੀ ਕਰੋਗੇ ਇਹ ਤੁਹਾਡੇ ਸਾਹਮਣੇ ਲੜਨ ਆ ਓਏ ਪੰਜਾਬ ਦੇ ਲੋਕੋ ਤੁਹਾਡੇ ਦਾਦਿਆਂ ਨੇ ਬੇੜਾ ਪਾਇਆ ਤੁਹਾਡੇ ਪਿਓਆਂ ਦਾ ਥੋਡੇ ਪਿਓਵਾਂ ਨੇ ਬੇੜਾ ਬਾਇਆ ਥੋਡਾ ਤੁਸੀਂ ਬੇੜਾ ਪਾਉਂਗੇ ਆਪਦੇ ਬੱਚਿਆਂ ਦਾ ਤੇ ਜੇ ਕੰਮ ਐਂ ਚੱਲਦਾ ਰਿਹਾ ਤੁਹਾਡੇ ਬੱਚੇ ਬੇੜਾ ਪਾਉਣਗੇ ਤੁਹਾਡੇ ਪੁੱਤਰਿਆਂ ਦਾ ਕੀ ਕਹੋਗੇ ਕਿੱਥੇ ਜਾਓਗੇ ਮੈਂ ਇੰਨੀ ਕਹਿ ਰਿਆਂ ਕਿ ਅੱਜ ਵੀ ਲੋਕ ਵੀਡੀਓ ਪਾਪਾ ਕੇ ਲੋਕਾਂ ਤੋਂ ਇਲਾਜ ਵਾਸਤੇ ਪੈਸਾ ਮੰਗ ਰਹੇ ਆ ਸੁਖਬੀਰ ਬਾਦਲ ਨੂੰ ਜਿਹੜੇ ਅੱਜ ਪ੍ਰਤਾਪ ਬਾਜਵੇ ਵਰਗੇ ਆ ਜਾਂ ਆਪਣੇ ਭਾਜਪੀ ਦੇ ਉੱਥੇ ਪ੍ਰਧਾਨ ਬੈਠੇ ਆ ਚਾਹੇ ਉਹ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਹੋਵੇ ਇਹਨਾਂ ਨੂੰ ਉੱਥੇ ਸ਼ਰਮ ਤਾਂ ਨਹੀਂ ਆਉਂਦੀ ਸ਼ਰਮ ਇੱਕ ਦੂਜੇ ਨੂੰ ਗੱਲਾਂ ਕਰਨ 'ਚ ਬੜੀ ਆਉਂਦੀ ਹੈ ਮੈਨੂੰ ਸ਼ਰਮ ਆਉਂਦੀ ਹੈ ਤੂੰ ਘੁੰਡ ਕੱਢ ਲੈ ਸੁਖਬੀਰ ਬਾਦਲ ਨੂੰ ਕਹਿ ਨਾ ਜੇ ਤੈਨੂੰ ਮੁੱਖ ਮੰਤਰੀ ਕਹਿਣ ਲੱਗਿਆਂ ਵੀ ਸ਼ਰਮ ਆਉਂਦੀ ਆ ਤੇ ਘੁੰਡ ਕੱਢ ਕੇ ਬੋਲਿਆ ਕਰ ਭਾਈ ਤੈਨੂੰ ਕਿਹਨੇ ਕਿਹਾ ਵੀ ਤੂੰ ਸਿੱਧਾ ਬੋਲ ਘੁੰਡ ਕੱਢ ਲਿਆ ਕਰ ਐ ਕਰਕੇ ਵੀ ਹਾਂ ਭਾਈ ਮੈਨੂੰ ਸ਼ਰਮ ਆਉਂਦੀ ਆ ਮੁੱਖ ਮੰਤਰੀ ਕਹਿਣ ਲੱਗਾ じゃ ਕਹਦੇ ਕਰ ਵੀ ਪੰਜਾਬ 'ਚ ਜਿਹੜਾ ਵੀ ਮੁੱਖ ਮੰਤਰੀ ਆ じゃ ਕਿਤੇ ਹੜਗਾ ਰੱਖ ਲੈ 300 ਰੁਪਏ ਤੇ ਉਹ ਕਹਦੇ ਕਰੋ ਪੰਜਾਬ ਦਾ ਭਗਵੰਤਮਾਨ ਮੁੱਖ ਮੰਤਰੀ ਤੱਗੋ ਬਾਤੂ ਸ਼ੁਰੂ ਕਰਦੇ ਕਰ ਜਿਹੜਾ ਗੋਣਾ ਤੁਹਾਨੂੰ ਸ਼ਰਮਾ ਨਹੀਂ ਆਈਆਂ ਜਦੋਂ ਲੋਕ ਰੋਂਦੇ ਆ ਤੇ ਲੋਕਾਂ ਨੂੰ ਸ਼ਰਮ ਨਹੀਂ ਆਈ ਤੁਹਾਨੂੰ ਅੱਜ ਇਕੱਠੇ ਵੇਖ ਕੇ ਵੀ ਝਾੜੂ ਵਾਲੇ ਵੀ ਇਹਨਾਂ ਤੋਂ ਅੱਡ ਨਹੀਂ ਗਏ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਪੰਜਾਬ ਦੇ ਲੋਕੋ ਝਾੜੂ ਵਾਲੇ ਵੀ ਇਹਨਾਂ ਤੋਂ ਅੱਡ ਨਹੀਂ ਗਏ ਬਸ ਆਡਾ ਤਾਂ ਤੁਸੀਂ ਆਪਦੇ ਭੈਣਾਂ ਤੋਂ ਅੱਡ ਹੋਏ ਬੈਠੇ ਆ ਤੁਸੀਂ ਆਪਦੇ ਭਰਾਵਾਂ ਤੋਂ ਅੱਡ ਹੋਏ ਬੈਠੇ ਆ ਤੁਸੀਂ ਆਪਦੇ ਚਾਚੇ ਤਾਇਆ ਨਾਲੋਂ ਅੱਡ ਹੋਏ ਬੈਠੇ ਆ ਤੁਸੀਂ ਆਉਦੇ ਪਿੰਡ ਦੇ ਵਿੱਚੋਂ ਅਹ ਨਗਵਾਂ ਦੇ ਨਾਲ ਅੱਡੋਏ ਬੈਠੇ ਆਂ ਕਿਹੜੀ ਗੱਲੋਂ ਉਹ ਕਾਲੀ ਆ ਅਸੀਂ ਕਾਂਗਰਸੀ ਆ ਦੂਜਾ ਕਹਿੰਦਾ ਨਹੀਂ ਅਸੀਂ ਤਾਂ ਜੀ ਝਾੜੂ ਵਾਲਿਆਂ ਨਾਲ ਹੈਗੇ ਆ ਹਾਂ ਅਸੀਂ ਤਾਂ ਜੀ ਵੇਖੋ ਜੀ ਅਸੀਂ ਤਾਂ ਨਾ ਝਾੜੂ ਵਾਲਿਆਂ ਦੇ ਨਾਲ ਹੀ ਅਸੀਂ ਨਹੀਂ ਪਾਸੇ ਹੋਏ ਦੂਜਾ ਕਹਿੰਦਾ じゃ ਠੀਕ ਅਸੀਂ ਭਾਜਪੀ ਦੇ ਨਾਲ ਬਸ ਆ ਤੁਹਾਡੀਆਂ ਲੜਾਂਗਾਂ ਲੈ ਕੇ ਬਹਿ ਗਾ ਉਹ ਇੱਕ ਦੂਜੇ ਦੇ ਵਿਰੋਧੀ ਹੋ ਕੇ ਵੀ ਇੱਕ ਦੂਜੇ ਦੇ ਜਾ ਕੇ ਬੈਂਦੇ ਤੁਸੀਂ ਪਿੰਡਾਂ ਦੇ ਇੱਕ ਦੂਜੇ ਤੋਂ ਘਰ ਹੀ ਛੱਡ ਦਿੱਤੇ ਸ਼ਰਮ ਤਾਂ ਤੁਹਾਨੂੰ ਨਹੀਂ ਆਈ ਉਹ ਵੇਖ ਲਓ ਮੁੱਖ ਮੰਤਰੀ ਕਹਿਣ ਲੱਗੇ ਉਹਨੂੰ ਸ਼ਰਮ ਕਰੀ ਜਾਂਦੇ ਆ ਤੇ ਮੈਂ ਇੱਥੇ ਤਿੰਨਾ ਪਾਰਟੀਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਇਸ ਟਾਈਮ ਜਿਹੜੀਆਂ ਇੱਕੋ ਸਟੇਜ ਤੇ ਬੈਠੀਆਂ ਸੀ ਕਿ 2027 ਦੇ ਇਲੈਕਸ਼ਨ ਵਿੱਚ 117 ਸੀਟਾਂ ਨੂੰ ਆੜ-ਆੜ ਕਰਕੇ ਵੰਡ ਲਓ ਜੇ ਤੇ ਆਪ ਦਾ ਜਿੱਤ ਜੋ ਜੇ ਸਰਕਾਰ ਬਣਾਓ ਜੇ ਹਲਕੇ ਦੇ ਵਿੱਚ ਹਰ ਹਲਕੇ ਦੇ ਵਿੱਚ ਸਿਹਤ ਸਿੱਖਿਆ ਰੋਜ਼ਗਾਰ ਦਾ ਪ੍ਰਬੰਧ ਕਰ ਦਿਓ ਜੇ ਫ੍ਰੀ ਦੀਆਂ ਸਹੂਲਤਾਂ ਦੇ ਨਾਲ ਲੋਕਾਂ ਦਾ ਬੱਬਰ ਨਹੀਂ ਭਰਨ ਲੱਗਿਆ ਇਹ ਲੋਕ ਤਾਂ ਇਹੋ ਜੇ ਇਹਨਾਂ ਨੂੰ ਭਲਾ ਤੁਸੀਂ ਜਿਹੜਾ ਕੋਈ ਸ਼ੱਕ ਆ ਰਹੀ ਆ ਉਹਨੂੰ ਪਨੀਰ ਦਈ ਜਾਓ ਮਾਸahari ਨੂੰ ਮੀਟ ਦੇਈ ਜਾਓ ਤਾਂ ਵੀ ਉਹਨਾਂ ਨੇ ਚੋਚਤਾ ਕਰਨੇ ਆ ਤੁਸੀਂ ਹਰ ਇੱਕ ਦੇ ਘਰ ਦੇ ਵਿੱਚ 30 ਤੋਂ 40000 ਰੁਪਏ ਦਾ ਰੋਜ਼ਗਾਰ ਦਿਓ ਚਾਹੇ ਉਹ ਐਸਸੀ ਹੋਵੇ ਬੀਸੀ ਹੋਵੇ ਜਰਨਲ ਹੋਵੇ ਹਿੰਦੂ ਮੁਸਲਮ ਸਿੱਖ ਈਸਾਈ ਹੋਵੇ ਫਿਰ ਮੈਂ ਗੱਲ ਕਰ ਲੱਗਿਆ ਕਿ ਸਿਹਤ ਚਾਹੇ ਉਹ ਐਸਸੀ ਬੀਸੀ ਜਰਨਲ ਕਿਸੇ ਕਾਸ਼ਟ ਦਾ ਵੇਦ ਨਾਲ ਕਾਸ਼ਟ ਧਰਮ ਦਾ ਕੋਈ ਮੇਲ ਨਹੀਂ ਸਭ ਨੂੰ ਸਿਹਤ ਸਿੱਖਿਆ ਰੋਜ਼ਗਾਰ ਦਾ ਪ੍ਰਬੰਧ ਕਰਕੇ ਦਿਓ ਹਰ ਇੱਕ ਘਰ ਰੋਜ਼ਗਾਰ ਹੋਵੇ ਚਾਹੇ ਕਿੰਨੇ ਦਾ ਮਰਜ਼ੀ ਇਲਾਜ ਹੁੰਦਾ ਹੋਵੇ ਫ੍ਰੀ ਕਰੋ ਡਾਕਟਰ ਪੂਰੇ ਕਰੋ ਹਸਪੀਟਲਾਂ ਦੇ ਵਿੱਚ ਇਹ ਤਾਂ ਤੁਹਾਨੂੰ ਸ਼ਰਮ ਆਉਂਦੀਆਂ ਨਹੀਂ ਕਹਿਣ ਲੱਗਿਆਂ ਤੇ ਜਿਹੜੇ ਤੁਸੀਂ ਤਿੰਨਾਂ ਨੇ ਖਰਚਾ ਕੀਤਾ ਹਰ ਪਾਰਟੀ ਕਰੋੜਾ ਰੁਪਿਆ ਖਰਚਾ ਕਰ ਦਿੰਦੀ ਆ ਹਰ ਪਾਰਟੀ ਕਰੋੜਾ ਰੁਪਿਆ ਉਹੀ ਕਰੋੜਾ ਰੁਪਿਆ ਤੁਸੀਂ ਪੰਜਾਬ ਤੇ ਲਾਇਆ ਹੁੰਦਾ ਤਾਂ ਪੰਜਾਬ ਨੇ ਦਰਦਰ ਦੀਆਂ ਠੋਕਰਾਂ ਨਹੀਂ ਖਾਣੀਆਂ ਸੀ ਆ ਸੁਖਬੀਰ ਬਾਦਲ ਕੇ ਪٹرول ਪੰਪ ਤੇ ਟਰੱਕ ਖੜਾਏ ਸੀ ਆਪਦੀਆਂ ਮਸ਼ਹੂਰੀਆਂ ਵਾਸਤੇ ਕੀ ਗੱਲ ਸੁਖਬੀਰ ਬਾਦਲ ਗਵਾਚਿਆ ਸੀ ਸਾਰਿਆਂ ਨੂੰ ਪਤਾ ਹੀ ਸੀ ਵੀ ਸੁਖਬੀਰ ਬਾਦਲ ਕੇ ਹੈਗੇ ਆ ਹੈਗੇ ਆ ਤਾਂ ਵੀ ਇਹਨਾਂ ਨੇ ਪੈਡੇੜੇ ਬੈਨਰ ਲਾਏ ਤੇ ਇਹਨਾਂ ਨੇ ਖੜਾਤੇ ਟਰੱਕ ਕਿੰਨੀ ਬਈ ਦਿਹਾੜੀ ਸੀ ਉਹ ਟਰੱਕ ਦੀ ਪੁੱਛੋ ਇਹਨਾਂ ਨੂੰ ਕਿੰਨੀ ਦਿਹਾੜੀ ਹੋ ਗਈ ਉਹ ਟਰੱਕ ਦੀ ਤੇ ਲਗਭਗ 5-6 ਮਹੀਨੇ ਇਕੱਠਾ ਹੀ ਖੜਾ ਰਿਹਾ ਉਹ ਟਰੱਕ ਸਾਰ ਇੱਕ ਪੈਟਰੋਲ ਪੰਪ ਤੇ ਖੜਾ ਸੀ ਇਹਨਾਂ ਦਾ ਤੇ ਜਿੱਤੇ ਤਾਂ ਵੀ ਨਹੀਂ ਕੀ ਹੋਇਆ ਪੈਸਾ ਬਰਬਾਦ ਹੋਇਆ ਉਹੀ ਪੈਸਾ ਪੰਜਾਬ ਤੇ ਲਾਇਆ ਹੁੰਦਾ ਤੇ ਲੋਕਾਂ ਨੇ ਅੱਜ ਤੁਹਾਡੀ ਬੱਲੇ ਬੱਲੇ ਹੋਣੀ ਸੀ ਸਰਕਾਰਾਂ ਨਹੀਂ ਬਦਲਣੀਆਂ ਸੀ ਯਾਰ ਤੁਸੀਂ ਆਡਾ ਡਟ ਕਿਉਂ ਹੋਏ ਫਿਰਦੇ ਮੈਂ ਤਾਂ ਤੁਹਾਨੂੰ ਸਾਰਿਆਂ ਨੂੰ ਪੁੱਛਦਾ ਝਾੜੂ ਵਾਲੇ 25 ਲਿਆ ਕਰਨ ਐਮ ਐਲ ਏ 26 ਇਹ ਬਣਾਇਆ ਕਰਨ 26 ਤੁਸੀਂ ਬਣਾਓ 26 ਹੋਰ ਬਣਾਵੇ ਕੋਈ 5 7 10 ਪਿਆ ਯਾਦ ਬਣਾਓ ਕਿ ਹਲਕੇ ਦੀ ਗੱਲ ਕਰੋ ਪਾਰਟੀ ਦਾ ਤਾਂ ਰੌਲਾ ਹੀ ਨਹੀਂ ਵਿੱਚ ਪਾਰਟੀ ਦਾ ਕੀ ਕਰਨਾ ਤੁਸੀਂ ਆਪ ਦੀਆਂ ਚੌਧਰਾਂ ਪਾਲਦੇ ਆ ਮੰਤਰੀਆਂ ਵਾਸਤੇ ਲੜਦੇ ਆ ਤੁਸੀਂ ਕੁਰਸੀਆਂ ਵਾਸਤੇ ਲੜਦੇ ਆ ਲੋਕਾਂ ਪਿੱਛੇ ਲੜਾਈ ਹੁੰਦੀ ਨਾ ਜਿਹੜਾ ਦੁਸ਼ਮਣ ਹੁੰਦਾ ਨਾ ਇੱਕ ਦੂਜੇ ਦਾ ਉਹ ਕਦੇ ਵਰਤਦਾ ਨਹੀਂਗਾ ਤੁਸੀਂ ਵਿਆਹਾਂ ਸ਼ਾਦੀਆਂ ਤੇ ਇਕੱਠੇ ਹੁੰਨੇ ਆ ਤੇ ਵਿਆਹ ਮਰ ਸ਼ਾਦੰਗਾ ਤੇ ਸਕੇ ਸੰਬੰਧੀਆਂ ਨੂੰ ਸੱਦਿਆ ਜਾਂਦਾ ਦੁਸ਼ਮਣਾਂ ਨੂੰ ਦਾਵਤਾਂ ਨਹੀਂ ਦਿੰਦਾ ਕੋਈ ਯਾਦ ਰੱਖ ਲਓ ਗੱਲ ਤੇ ਜੇਕਰ ਪੰਜਾਬ ਦੇ ਲੋਕੋ ਮੈਂ ਫਿਰ ਵੀ ਕੁਝ ਗਲਤ ਕਹਿ ਦਿੱਤਾ ਹੋਵੇ ਉਹਦੇ ਵਾਸਤੇ ਮਾਫੀ ਚਾਹੁੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂਤ੍ਰਿਕ ਬਾਬਿਆਂ ਤੋਂ ਨਿਰਾਸ਼ ਹੋ ਤਾਂ ਜਲਦ ਹੀ ਮਿਲੋ ਵਿਸ਼ਵ ਪ੍ਰਸਿੱਧ ਤਾਂਤ੍ਰਿਕ ਮੀਆਂ ਜੁਨੇਸ ਖਾਨ 99158628 ਮੇਰੀ ਮਾਤਾ ਭੈਣਾ ਖਾਸ ਜਾਇਤ ਇੱਕ ਵਾਰ ਜ਼ਰੂਰ ਮਿਲੋ ਸਪੈਸ਼ਲਿਸਟ ਵਸ਼ਿਕਰਨ ਲਵ ਮੈਰਿਜ ਮਟਕਨੀ ਪਤੀ ਪਤਨੀ ਦੇ ਵਿਚਨਬਨ ਤਲਾਕ ਕਾਰੋਬਾਰ ਜਾਂ ਵਿਦੇਸ਼ ਯਾਤਰਾ ਦੇ ਵਿੱਚ ਰੁਕਾਵਟ ਸੋਤਨ ਦੁਸ਼ਮਨ ਤੋਂ ਛੁਟਕਾਰਾ ਅਤੇ ਗ੍ਰੈਕਲਿਸ਼ ਜੋਤਿਸ਼ ਤਾਂਤਰਿਕਾ ਤੋਂ ਤੋਖਾਖਾਇ ਲੋਕ ਇੱਕ ਵਾਰ ਜ਼ਰੂਰ ਫੋਨ ਕਰੋ ਮੈਂ ਤੁਹਾਨੂੰ ਨਿਰਾਸ਼ ਨਹੀਂ ਹੋਣ ਦਵਾਂਗਾ 11 ਘੰਟਿਆਂ ਦੇ ਵਿੱਚ ਤੁਹਾਡੀ ਹਰ ਸਮੱਸਿਆ ਦਾ ਹੱਲ ਹੋਵੇਗਾ ਮਿਲੋ ਲੁਧਿਆਣਾ ਦੇ ਵਿੱਚ ਮੀਆਂ ਜੁਨੇਦ ਖਾਨ 991688628 991688628